ਦਿੱਲੀ ਦੇ ਡਿਪਟੀ ਸੀਐਮ ਮਨੀਸ਼ਾ ਸਿਸੋਧੀਆਂ ਦੇ ਵੱਲੋਂ 250 ਸਕੂਲਾਂ ਦੀ ਲਿਸਟ ਜਾਰੀ ਕਰਨ ਤੋਂ ਬਾਅਦ ਹੁਣ ਪੰਜਾਬ ਦੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਦਾ ਵੀ ਜਵਾਬ ਆ ਗਿਆ ਦਿੱਲੀ ਤੇ ਪੰਜਾਬ ਦੇ ਸਿੱਖਿਆ ਮਾਡਰਨ ਨੂੰ ਲੈ ਕੇ ਦੋਹਾਂ ਦੇ ਵਿਚਾਲੇ ਟਵਿੱਟਰ ਵਾਰ ਚੱਲ ਰਹੀ ਹੈ ਜਿੱਥੇ ਸਵਾਲ ਜਵਾਬ ਹੋ ਰਹੇ ਨੇ ਇੱਕ ਦੂਸਰੇ ਨੂੰ ਚੈਲੰਜ ਕੀਤੇ ਜਾ ਰਹੇ ਨੇ ਤੇ ਇਸੇ ਦੌਰਾਨ ਹੀ ਜਿੱਥੇ ਮਨੀਸ਼ ਸਿਸੋਧਿਆ ਦੇ ਵੱਲੋਂ 250 ਸਕੂਲਾਂ ਦੀ ਲਿਸਟ ਜਾਰੀ ਕੀਤੀ ਗਈ ਤਾਂ ਉਸ ਤੋਂ ਬਾਅਦ ਹੁਣ ਮੰਤਰੀ ਪ੍ਰਗਟ ਸਿੰਘ ਦੇ ਵੱਲੋਂ ਵੀ ਜਵਾਬ ਦਿੱਤਾ ਗਿਆ ਟਵੀਟ ਕੀਤਾ ਗਿਆ ਇੱਕ ਵਾਰ ਫਿਰ ਤੋਂ ਜਿਸ ਦੇ ਵਿੱਚ ਲਿਖਦੇ ਨੇ ਤੁਹਾਨੂੰ ਪੂਰਾ ਟਵੀਟ ਦਿਖਾ ਦਿੰਦੇ ਆ ਜਿਹਦੇ ਵਿੱਚ ਉਹ ਕੀ ਕਹਿ ਰਹੇ ਨੇ ਜਦੋਂ ਉਹਨਾਂ ਨੇ ਮਨੀਸ਼ ਸਿਸੋਧਿਆ ਦੇ ਵੱਲੋਂ ਜਦੋਂ 250 ਸਕੂਲਾਂ ਦੀ ਲਿਸਟ ਜਾਰੀ ਕੀਤੀ ਗਈ ਤਾਂ ਉਸ ਤੋਂ ਬਾਅਦ ਪ੍ਰਗਟ ਸਿੰਘ ਦੇ ਵੱਲੋਂ ਜਵਾਬ ਦਿੱਤਾ ਗਿਆ ਕਿ ਸਿਸੋਧਿਆ ਜੀ ਗੱਲ ਸਕੂਲਾਂ ਦੇ ਵਿੱਚ ਸਿੱਖਿਆ ਦੇ ਮਾਪਦੰਡ ਚੈੱਕ ਕਰਨ ਦੀ ਹੋਈ ਸੀ ਨਾ ਕਿ ਕੰਦਾਂ ਦੇਖਣ ਦੀ ਇਸ ਦੇ ਨਾਲ ਹੀ ਲਿਖਦੇ ਨੇ ਕਿ ਪੀਜੀਆਈ ਦੇ ਮਾਪਦੰਡਾਂ ਦੇ ਅਨੁਸਾਰ ਲਿਸਟ ਭੇਜੋ ਪੜਾਈ ਦੀ ਗੁਣਵੱਤਾ ਰਿਜ਼ਲਟ ਬੱਚਿਆਂ ਦੀ ਵੱਧ ਘੱਟ ਰਹੀ ਗਿਣਤੀ 10ਵੀਂ ਦੇ ਨਤੀਜੇ ਅਸਾਮੀਆਂ ਪ੍ਰਿੰਸੀਪਲਾਂ ਦੀ ਗਿਣਤੀ ਬੱਚਿਆਂ ਤੇ ਅਧਿਆਪਕਾਂ ਦਾ ਅਨੁਪਾਤ ਇਹ ਸਭ ਮਾਪਦੰਡਾਂ ਤੇ ਹੋਣੀ ਚਾਹੀਦੀ ਹੈ ਤੇ ਨਾਲ ਹੀ ਲਿਖਦੇ ਨੇ ਚੈਲੰਜ ਦੇ ਲਹਿਜੇ ਦੇ ਵਿੱਚ ਲਿਖਦੇ ਨੇ ਕਿ ਭੱਜਨ ਮੈਂ ਦੇਣਾ ਨੇ ਹੁਣ ਇਸ ਤਰੀਕੇ ਦਾ ਜਵਾਬ ਮੰਤਰੀ ਪ੍ਰਗਟ ਸਿੰਘ ਦੇ ਵੱਲੋਂ ਵੀ ਦਿੱਤਾ ਗਿਆ ਦੱਸਦੇ ਕਿ ਦਿੱਲੀ ਤੇ ਪੰਜਾਬ ਦੇ ਜੋ ਸਕੂਲਸ ਨੇ ਜੋ ਸਿੱਖਿਆ ਉਸ ਨੂੰ ਸਿੱਖਿਆ ਮਾਡਲਾਂ ਨੂੰ ਲੈ ਕੇ ਦੋਵਾਂ ਹਾਂ ਦੇ ਵਿਚਾਲੇ ਟਵਿੱਟਰ 'ਤੇ ਚੱਲ ਰਹੀ ਹੈ ਇੱਕ ਦੂਸਰੇ ਦੇ ਨੂੰ ਸਵਾਲ ਜਵਾਬ ਹੋ ਰਹੇ ਨੇ ਤੰਜ ਕਸੇ ਜਾ ਰਹੇ ਨੇ ਚੈਲੰਜ ਚੈਲੰਜ ਦਿੱਤੇ ਜਾ ਰਹੇ ਨੇ ਕਿਉਂਕਿ ਕੁਝ ਦਿਨ ਪਹਿਲਾਂ ਜਦੋਂ ਦਿੱਲੀ ਦੇ ਸੀਐਮ ਕੇਜਰੀਵਾਲ ਪੰਜਾਬ ਦੇ ਵਿੱਚ ਆਉਂਦੇ ਨੇ ਸਕੂਲਾਂ ਨੂੰ ਮਾਫ ਕਰਨਾ ਅਧਿਆਪਕਾਂ ਨੂੰ ਜੋ ਗਰੰਟੀਆਂ ਦੇ ਕੇ ਜਾਂਦੇ ਨੇ ਤੇ ਉਸ ਤੋਂ ਬਾਅਦ ਹੀ ਮੰਤਰੀ ਪ੍ਰਗਟ ਸਿੰਘ ਦੇ ਵੱਲੋਂ ਇਹ ਸਵਾਲ ਕੀਤੇ ਗਏ ਸਨ ਕਿ ਸਭ ਤੋਂ ਪਹਿਲਾਂ ਆਪਣੇ ਜੋ ਦਿੱਲੀ ਦੇ ਵਿੱਚ ਤੁਹਾਡਾ ਸਿੱਖਿਆ ਮਾਡਲ ਉਸ ਦੇ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਪੰਜਾਬ ਦਾ ਜਿਹੜਾ ਸਿੱਖਿਆ ਮਾਡਲ ਹੈ ਜਾਂ ਸਿੱਖਿਆ ਪੱਖੋਂ ਅਸੀਂ ਪਹਿਲਾਂ ਤੋਂ ਹੀ ਪਹਿਲੇ ਨੰਬਰ ਤੇ ਚੱਲ ਰਹੇ ਹਾਂ ਜਦਕਿ ਦਿੱਲੀ 6ਵੇਂ ਨੰਬਰ ਤੇ ਹੈ ਲੇਕਿਨ ਦਿੱਲੀ ਤੋਂ ਆ ਕੇ ਪੰਜਾਬ ਦੇ ਵਿੱਚ ਗਰੰਟੀਆਂ ਦੇ ਰਹੇ ਨੇ ਤਾਂ ਚੰਗਾ ਹੋਵੇਗਾ ਜੇਕਰ ਦਿੱਲੀ ਦੇ ਵਿੱਚ ਰਹਿ ਕੇ ਹੀ ਆਪਣੇ ਸਿੱਖਿਆ ਮਾਡਲ ਨੂੰ ਸੁਧਾਰਨ ਤਾਂ ਉਸ ਤੋਂ ਬਾਅਦ ਮਨੀਸ਼ ਸਿਸੋਧਿਆ ਦੇ ਵੱਲੋਂ ਇਸ ਦਾ ਜਵਾਬ ਦਿੱਤਾ ਗਿਆ ਤੇ ਉਹ ਜੋ ਜਵਾਬ ਨੇ ਸਵਾਲ ਜਵਾਬ ਨੇ ਉਹ ਹੁਣ ਟਵਿੱਟਰ ਵਾਰ ਦੇ ਵਿੱਚ ਬਦਲ ਚੁੱਕੇ ਨੇ ਇਸੇ ਤੋਂ ਬਾਅਦ ਹੀ ਮੰਤਰੀ ਪ੍ਰਗਟ ਸਿੰਘ ਦੇ ਵੱਲੋਂ ਵੀ ਸਕੂਲਾਂ ਦੀ ਮਤ ਦੇ ਆਧਾਰ ਤੇ ਜੋ ਲਿਸਟ ਉਹ ਜਾਰੀ ਕਰਨ ਦੇ ਲਈ ਕਿਹਾ ਗਿਆ ਸੀ ਜਿਸ ਤੋਂ ਬਾਅਦ ਮਨੀਸ਼ ਸਿਸੋਧਿਆ ਦੇ ਵੱਲੋਂ ਵੀ 250 ਸਕੂਲਾਂ ਦੀ ਲਿਸਟ ਜਾਰੀ ਕੀਤੀ ਗਈ ਤੇ ਲਿਸਟ ਜਾਰੀ ਕਰਨ ਤੋਂ ਬਾਅਦ ਫਿਰ ਇੱਕ ਵਾਰ ਤੋਂ ਟਵੀਟ ਕੀਤਾ ਗਿਆ ਕਿ ਅਸੀਂ ਤਾਂ ਦਿੱਲੀ ਦੇ ਸਕੂਲਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ ਤਾਂ ਹੁਣ ਜੋ ਪੰਜਾਬ ਹੈ ਉਹ ਵੀ ਆਪਣੀ ਲਿਸਟ ਜਾਰੀ ਕਰਨ ਉਹ ਵੀ ਮਾਪਦੰਡ ਦਿਖਾਉਣ ਕਿ ਸਕੂਲ ਕਿਸ ਆਧਾਰ ਤੇ ਚੱਲ ਰਹੇ ਨੇ ਖਾਸ ਕਰ ਸੀਐਮ ਚੰਨੀ ਨੂੰ ਵੀ ਮਨੀਸ਼ ਸਿਸੋਧਿਆ ਦੇ ਵੱਲੋਂ ਚੈਲੰਜ ਕੀਤਾ ਗਿਆ ਕਿ ਸੀਐਮ ਚੰਨੀ ਵੀ ਇਹ ਦਿਖਾਉਣ ਹੋਣ ਕਿ ਉਹਨਾਂ ਦੇ ਸਕੂਲ ਕਿਸ ਮਾਪਦੰਡ ਦੇ ਆਧਾਰ ਤੇ ਚੱਲ ਰਹੇ ਨੇ ਤੇ ਜਦੋਂ ਇਸ ਤੋਂ ਬਾਅਦ ਸਵਾਲ ਕੀਤੇ ਗਏ ਤਾਂ ਹੁਣ ਮੰਤਰੀ ਪ੍ਰਗਟ ਸਿੰਘ ਦੇ ਵੱਲੋਂ ਵੀ ਜਵਾਬ ਆਇਆ ਕਿ ਗੱਲ ਸਿਰਫ ਕੰਦਾ ਬਣੀਆਂ ਹੋਈਆਂ ਕੰਦਾ ਦੇ ਨਹੀਂ ਹੋਏ ਸੀ ਬਲਕਿ ਪੂਰੇ ਮਾਪਦੰਡ ਦੇ ਆਧਾਰ ਤੇ ਜਿਹੜਾ ਉਹ ਸਵਾਲ ਕੀਤੇ ਗਏ ਸਨ ਜਿਸ ਦੇ ਵਿੱਚ ਤੁਸੀਂ ਪੂਰੇ ਖਰੇ ਨਹੀਂ ਉਤਰੇ ਤੇ ਨਾਲ ਹੀ ਉਹਨਾਂ ਨੇ ਇੱਕ ਵਾਰ ਫਿਰ ਤੋਂ ਲਿਖਿਆ ਆਪਣੇ ਟਵੀਟਰ ਦੇ ਵਿੱਚ ਅਖੀਰ ਤੇ ਵਿੱਚ ਕਿ ਮੈਂ ਭੱਜਨ ਹੁਣ ਕਿਸੇ ਤਰੀਕੇ ਦੇ ਨਾਲ ਨਹੀਂ ਦੇਣਾ ਜਵਾਬ ਤੁਹਾਨੂੰ ਦੇਣਾ ਹੀ ਪਵੇਗਾ ਹੋਰ ਖਬਰਾਂ ਤੇ ਲਈ ਵੀ ਬਨੇ ਰਹੋ ਡੈਨਿਕ ਸਵੇਰਾ ਟੀਵੀ ਦੇ ਨਾਲ